ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈ ਵਿਕਰਮਜੀਤ ਸਿੰਘ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ। ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਤੁਸੀਂ ਇਹ ਕੁਝ ਵੀਡੀਓ ਕਲਿੱਪਸ ਦੇ ਉਹ ਪਹਿਲਾਂ ਜ਼ਰੂਰ ਦੇਖ ਲਓ। ਮੇਰੀ ਸਰਕਾਰ ਪਤਾ ਕਿੰਨਾ ਦੇ ਬੱਚੇ ਆ, ਕਿੰਨਾ ਦੀ ਅੰਸ਼ਵੰਸ਼ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਤਨ ਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ। ਗੁਰੂ ਨਾਨਕ ਪਾਤਸ਼ਾਹ ਜੀ ਦੇ ਪਿਆਰੇ ਗੁਰਮੁਖੋ, ਬਾਬਾ ਮੁਰਾਦ ਸ਼ਾਹ ਜੀ ਦੇ ਡੇਰੇ ਵਿੱਚ ਹੋਈ ਗੱਲ ਆਪਣੇ ਗੁਰੂਆਂ ਦਾ ਅਪਮਾਨ ਕਰਨ ਦੀ ਕਦੇ ਵੀ ਨਹੀਂ ਹੋ ਸਕਦੀ। ਗੁਰੂ ਸਾਹਿਬਾਨਾਂ ਦੀ ਕਿਸੇ ਨਾਲ ਤੁਲਨਾ ਨਹੀਂ ਹੋ ਸਕਦੀ। ਹਾਂ, ਮੈਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਤੀਸਰੇ ਸਰੂਪ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਭੱਲੇ ਪਰਿਵਾਰ ਦੇ ਵਿੱਚ ਪੈਦਾ ਹੋਏ ਔਰ ਮੇਰੇ ਸਾਈਂ ਜੀ ਵੀ ਨਕੋਦਰ ਵਿਖੇ ਭੱਲੇ ਪਰਿਵਾਰ ਦੇ ਵਿੱਚ ਪੈਦਾ ਹੋਏ। ਹਾਂ, ਇਹ ਗੱਲ ਮੈਂ ਜ਼ਰੂਰ ਕੀਤੀ ਹੈ, ਮਗਰ ਗੁਰੂ ਸਾਹਿਬਾਨਾਂ ਦੀ ਤੁਲਨਾ ਕਿਸੇ ਨਾਲ ਵੀ ਨਹੀਂ ਹੋ ਸਕਦੀ, ਕਿਉਂਕਿ ਉਹ ਸਤਿਗੁਰੂ ਨੇ, ਪਰਮ ਸਤਿਗੁਰੂ ਨੇ, ਆਦਿ ਗੁਰੂ ਨੇ। ਉਹਨਾਂ ਦਾ ਅਪਮਾਨ ਕਿਸ ਤਰ੍ਹਾਂ ਹੋ ਸਕਦਾ, ਮੈਂ ਸੋਚ ਵੀ ਨਹੀਂ ਸਕਦਾ। ਔਰ ਮੇਰੇ ਵੱਲੋਂ ਕਹੀ ਹੋਈ ਗੱਲ ਕਿਸੇ ਦੇ ਦਿਲ ਵਿੱਚ ਵੀ ਗਲਤੀ ਨਾਲ ਵੀ ਕੋਈ ਠੇਸ ਪਹੁੰਚਾ ਗਈ ਹੋਵੇ ਤਾਂ ਮੈਂ ਉਸ ਲਈ ਸੌ ਸੌ ਵਾਰੀ ਮਾਫ਼ੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦਾਸ ਮਾਨ ਦਾ ਵਿਸ਼ਾ ਚੱਲ ਰਿਹਾ ਕਿ ਕਿਸ ਤਰ੍ਹਾਂ ਗੁਰਦਾਸ ਮਾਨ ਨੇ ਇੱਕ ਸਟੇਜ ਦੇ ਉੱਪਰ ਖਲੋ ਕੇ ਉਹਦੀ ਤੁਲਨਾ ਜਿਹੜੀ ਆ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀਆਂ ਦੀ ਅੰਸ ਬੰਸ ਤੋਂ ਕੀਤੀ ਆ। ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਅੰਸ ਬੰਸ ਦੱਸਿਆ ਗਿਆ ਤੇ ਇਹਨੂੰ ਲੈ ਕਰਕੇ ਜਦੋਂ ਇਹ ਕਲਿੱਪ ਵੀਡੀਓ ਵਾਇਰਲ ਹੁੰਦੀ ਆ, ਜਿਹੜਾ ਸਿੱਖ ਜਗਤ ਆ ਉਹਦੇ ਹਿਰਦੇ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ। ਇਹਨੂੰ ਮੁੱਖ ਰੱਖਦਿਆਂ ਹੋਇਆ ਜਦੋਂ ਸਾਡੇ ਹਿਰਦੇ ਵਲੁੰਦਰੇ ਗਏ, ਸਾਡੀਆਂ ਜਥੇਬੰਦੀਆਂ, ਸਾਡਾ ਸਿੱਖ ਭਾਈਚਾਰਾ ਇਕੱਠਾ ਹੋਇਆ ਹੈ ਨਕੋਦਰ ਆ ਕੇ ਕਿ ਇਹਦੇ ਤੇ ਬਣਦੀ ਕਾਰਵਾਈ ਜਿਹੜੀ ਕਰਾਉਣੀ ਆ। ਗੁਰਦੁਆਰਾ ਸਾਹਿਬ ਤੋਂ ਅਰਦਾਸ ਬੇਨਤੀ ਕਰਕੇ ਚੱਲੇ, ਅੱਗੇ ਜਾ ਕੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋਈ। ਉਹਨਾਂ ਨੇ ਸਾਨੂੰ ਇੱਕ ਦਿਨ ਦਾ ਸਮਾਂ ਦਿੱਤਾ ਕਿ 24 ਘੰਟਿਆਂ ਦੇ ਵਿੱਚ ਤੁਹਾਨੂੰ ਇੱਕ ਡਿਸੀਜਨ ਜਿਹੜਾ ਉਹ ਦੇਵਾਂਗੇ। 24 ਘੰਟੇ ਹੋ ਗਏ ਪਰ ਉਹਨਾਂ ਨੇ ਸਾਨੂੰ ਕੋਈ ਵੀ ਡਿਸੀਜਨ ਨਹੀਂ ਦਿੱਤਾ। ਫਿਰ ਜਦੋਂ ਫਿਰ ਜਥੇਬੰਦੀਆਂ ਇਕੱਠੀਆਂ ਹੋ ਕੇ ਆਉਂਦੀਆਂ ਵਾ, ਸੰਗਤ ਦਾ ਇਕੱਠ ਹੁੰਦਾ ਵਾ, ਫਿਰ ਉੱਥੇ ਆ ਕੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਇਹਦੇ ਤੇ ਪਰਚਾ ਨਹੀਂ ਦਰਜ ਹੋਣਾ। ਫਿਰ ਕੀ ਹੁੰਦਾ ਵਾ ਕਿ ਜਿਹੜੇ ਸਾਡੇ ਵੱਡੇ ਜਥੇਬੰਦੀਆਂ ਨੇ ਉਹ ਫੈਸਲਾ ਲੈਂਦੀਆਂ ਕਿ ਆਪਾਂ ਨੇ ਜਾ ਕੇ ਮੇਨ ਹਾਈਵੇ ਜਿਹੜਾ ਉਹ ਜਾਮ ਕਰ ਦੇਣਾ ਜਿੰਨਾ ਚਿਰ ਤੱਕ ਇਹਦੇ ਤੇ ਬਣਦੀ ਕਾਰਵਾਈ ਉਹ ਨਹੀਂ ਹੁੰਦੀ। ਫਿਰ ਜਿਸ ਸਮੇਂ ਜਥੇਬੰਦੀਆਂ ਜਾਂਦੀਆਂ ਨੇ, ਸਾਰੀ ਸੰਗਤ ਜਾਂਦੀ ਆ, ਉੱਥੇ ਜਾ ਕੇ ਜਦੋਂ ਬੈਠਦੇ ਆ ਤੇ ਥੋੜੇ ਟਾਈਮ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿ ਹਾਂ ਵੀ ਇਹਦੇ ਤੇ 295 ਦਾ ਪਰਚਾ ਜਿਹੜਾ ਉਹ ਪਾ ਦਿੱਤਾ ਗਿਆ ਆ। ਇਹ ਜਿਹੜੀਆਂ ਸਾਰੀਆਂ ਵਿਚਾਰਾਂ ਨੇ ਇਹ ਵਿਕਰਮ ਵੀਰ ਦੇ ਮੈਂ ਚੈਨਲ ਦੇ ਉੱਪਰ ਕਰ ਰਹੀ ਹਾਂ ਤੇ ਵੀਰ ਜੀ ਅੱਗੇ ਤੁਹਾਨੂੰ ਕਲੀਅਰ ਦੇ ਵਿੱਚ ਦੱਸਣਗੇ ਕਿ ਇਹਦੇ ਕੀ ਬੈਨੀਫਿਟ ਹੋ ਸਕਦੇ ਆ ਤੇ ਇਹਦੇ ਕੀ ਨੁਕਸਾਨ ਆ। ਇਸ ਕਰਕੇ ਇਸ ਵਿਸ਼ੇ ਦੇ ਨਾਲ ਜੁੜੇ ਰਹੋ, ਧਿਆਨ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਿਓ। ਇੱਕ ਤਾਂ ਕਹਿੰਦੇ ਆ ਕਿ ਬੰਦਾ ਜਿਹੜਾ ਗਲਤੀ ਕਰਦਾ ਵਾ ਤੇ ਉਹਨੂੰ ਮਾਫ ਕਰ ਦੇਣਾ ਚਾਹੀਦਾ, ਪਰ ਗਲਤੀ ਜੇ ਤੁਸੀਂ ਜਾਣ ਬੁੱਝ ਕੇ ਕਰਦੇ ਹੋ ਫਿਰ ਉਹਦੀ ਮਾਫੀ ਨਹੀਂ ਹੁੰਦੀ। ਅਗਲੀ ਨੇ ਵਿਚਾਰਾਂ ਜਿਹੜੀਆਂ ਤੁਹਾਨੂੰ ਵੀਰ ਦੱਸਦਾ। ਸੋ ਜਿਵੇਂ ਕਿ ਅਸੀਂ ਵੀਡੀਓ ਦੇ ਵਿੱਚ ਵੇਖਿਆ, ਗੁਰਦਾਸ ਮਾਨ ਦੇ ਗੁਰੂ ਸਾਹਿਬਾਂ ਦੇ ਉੱਤੇ ਕਮੈਂਟ ਕਰਨ ਤੋਂ ਬਾਅਦ ਕਿਵੇਂ ਸਿੱਖ ਜਥੇਬੰਦੀਆਂ ਨੇ ਪ੍ਰਸ਼ਾਸਨ ਦੇ ਉੱਤੇ ਪ੍ਰੈਸ਼ਰ ਪਾ ਕੇ 295 ਏ ਦਾ ਪਰਚਾ ਗੁਰਦਾਸ ਮਾਨ ਦੇ ਉੱਤੇ ਕਰਾਇਆ। ਫਿਲਹਾਲ ਤੇ ਮੈਂ ਇਸ ਤੇ ਕੋਈ ਕਮੈਂਟ ਨਹੀਂ ਦੇਣਾ ਚਾਹੁੰਗਾ ਕਿ ਇਹ ਪਰਚਾ ਸਹੀ ਹੈ ਜਾਂ ਗਲਤ ਹੈ, ਕਿਉਂਕਿ ਇਸ ਦਾ ਫੈਸਲਾ ਕੋਰਟ ਨੇ ਲੈਣਾ ਹੈ ਤੇ ਵੈਸੇ ਵੀ ਜਦ ਕੋਈ ਚੀਜ਼ ਕੋਰਟ ਦੇ ਵਿੱਚ ਹੋਵੇ ਤਾਂ ਸਾਨੂੰ ਆਪਣੇ ਕਮੈਂਟਸ ਨਹੀਂ ਦੇਣੇ ਚਾਹੀਦੇ, ਕਿਉਂਕਿ ਇਸ ਦੇ ਨਾਲ ਜੁਡੀਸ਼ਰੀ ਦੇ ਐਕਸਟਰਨਲ ਪ੍ਰੈਸ਼ਰ ਪੈਂਦਾ ਹੈ। ਸੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਦੇਖਾਂਗੇ ਕਿ 295A ਜਿਸ ਨੂੰ ਬਲਾਸਫੇਮੀ ਲਾਅ ਵੀ ਕਿਹਾ ਜਾਂਦਾ ਹੈ, ਇਹ ਕਾਨੂੰਨ ਕੀ ਹੈ, ਇਸ ਦਾ ਹਿਸਟੋਰੀਕਲ ਬੈਕਗ੍ਰਾਉਂਡ ਕੀ ਹੈ, ਇਸ ਕਾਨੂੰਨ ਦੀ ਸਾਨੂੰ ਕਿਉਂ ਲੋੜ ਪਈ ਤੇ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੋਇਆ। ਸੋ ਜਾਣਦੇ ਆ ਇਹ ਸਭ ਕੁਝ ਅੱਜ ਦੀ ਇਸ ਵੀਡੀਓ ਵਿੱਚ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੂੰਗਾ ਕਿ ਅਗਰ ਤੁਹਾਨੂੰ ਮੇਰਾ ਕੰਟੈਂਟ ਬਣਾਇਆ ਪਸੰਦ ਆਉਂਦਾ ਹੈ ਤਾਂ ਤੁਸੀਂ ਇਸ ਨੂੰ ਲਾਈਕ ਕਰ ਸਕਦੇ ਹੋ, ਕਮੈਂਟ ਕਰ ਸਕਦੇ ਹੋ ਤੇ ਸ਼ੇਅਰ ਵੀ ਕਰ ਸਕਦੇ ਹੋ ਤਾਂ ਜੋ ਮੈਨੂੰ ਵੀ ਮੋਟੀਵੇਸ਼ਨ ਮਿਲ ਸਕੇ ਇਹੋ ਜਿਹੀਆਂ ਹੋਰ ਵੀਡੀਓਜ਼ ਬਣਾਉਣ ਦੀ। ਇਸ ਲਾਅ ਦੇ ਅਕੋਰਡਿੰਗ ਅਗਰ ਕੋਈ ਇਨਸਾਨ ਜਾਣ ਬੁੱਝ ਕੇ ਕਿਸੇ ਗੋਡ ਦੇ ਪ੍ਰਤੀ, ਕਿਸੇ ਰਿਲੀਜਨ ਦੇ ਪ੍ਰਤੀ ਜਾਂ ਕਿਸੇ ਰਿਲੀਜੀਅਸ ਆਈਕਨ ਦੇ ਪ੍ਰਤੀ ਜਾਂ ਕੋਈ ਵੀ ਇਹੋ ਜਿਹੀ ਚੀਜ਼ ਜੋ ਕਿ ਸੀਕ੍ਰੇਟ ਮੰਨੀ ਜਾਂਦੀ ਹੈ, ਪੂਜਨੀਯ ਮੰਨੀ ਜਾਂਦੀ ਹੈ, ਉਸਦੀ ਡਿਸਰਿਸਪੈਕਟ ਕਰਦਾ ਹੈ ਤਾਂ ਉਸਦੇ ਖਿਲਾਫ 295A ਦਾ ਪਰਚਾ ਦਰਜ ਹੋ ਸਕਦਾ ਹੈ ਐਂਡ ਇਸ ਕਾਨੂੰਨ ਦੇ ਮੁਤਾਬਿਕ ਉਸਨੂੰ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਇਹ ਤੇ ਗੱਲ ਹੋ ਗਈ 295A ਦੀ ਬਲਾਸਫੇਮੀ ਲਾਅ ਦੀ। ਹੁਣ ਅਸੀਂ ਹਿਸਟਰੀ ਵਿੱਚ ਜਾ ਕੇ ਦੇਖਦੇ ਹਾਂ ਕਿ ਕਿਉਂ ਸਾਨੂੰ ਇਸ ਕਾਨੂੰਨ ਦੀ ਲੋੜ ਪਈ ਐਂਡ ਸਭ ਤੋਂ ਜ਼ਿਆਦਾ ਫਾਇਦਾ ਇਸਦਾ ਕਿਹਨੂੰ ਹੋਇਆ। 1920s ਵਿੱਚ ਪੰਡਿਤ ਚੰਮੂਪਤੀ ਲਾਲ ਦੁਆਰਾ ਇੱਕ ਬੁੱਕ ਲਿਖੀ ਜਾਂਦੀ ਹੈ। ਇਸ ਬੁੱਕ ਦਾ ਨਾਮ ਸੀ ਰੰਗੀਲਾ ਰਸੂਲ। ਇਸ ਬੁੱਕ ਨੂੰ ਪਬਲਿਸ਼ ਕੀਤਾ ਸੀ ਮਹਾਸ਼ਯ ਰਾਜਪਾਲ ਨੇ। ਇਸ ਕੰਟਰੋਵਰਸ਼ੀਅਲ ਬੁੱਕ ਦੇ ਵਿੱਚ ਪ੍ਰੋਫੈਟ ਮੁਹੰਮਦ ਦੀ ਮੈਰਿਜ ਲਾਈਫ ਐਂਡ ਸੈਕਸੁਅਲ ਲਾਈਫ ਬਾਰੇ ਲਿਖਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਇਹ ਬੁੱਕ ਰਿਟੈਲੀਏਸ਼ਨ ਬਦਲੇ ਦੀ ਭਾਵਨਾ 'ਚ ਲਿਖੀ ਗਈ ਸੀ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਹਿੰਦੂ ਗੋਡੇਸ ਸੀਤਾ ਨੂੰ ਬੜੇ ਹੀ ਅਪਮਾਨਜਨਕ ਰੂਪ ਵਿੱਚ ਪੈਂਫਲੇਟ ਵਿੱਚ ਦਿਖਾਇਆ ਸੀ। ਬੁੱਕ ਪਬਲਿਸ਼ ਹੋਣ ਤੋਂ ਬਾਅਦ ਸਾਡੇ ਦੇਸ਼ ਦੇ ਮੁਸਲਿਮ ਭਾਈਚਾਰੇ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਦੇਖਿਆ ਗਿਆ। ਇਸੇ ਕਰਕੇ ਉਹਨਾਂ ਨੇ ਮਹਾਸ਼ਯ ਰਾਜਪਾਲ ਦੇ ਖਿਲਾਫ 153A ਦਾ ਪਰਚਾ ਵੀ ਦਰਜ ਕਰਾਇਆ। 153A ਦੇ ਅਕੋਰਡਿੰਗ ਮਹਾਸ਼ਯ ਰਾਜਪਾਲ ਦੋ ਡਿਫਰੈਂਟ ਕਮਿਊਨਿਟੀਜ਼ ਦੇ ਵਿੱਚ ਐਨੀਮਿਟੀ ਪ੍ਰਮੋਟ ਕਰ ਰਹੇ
ਸੀ ਦੱਸਣਾ ਚਾਹੂੰਗਾ ਕਿ ਉਸ ਟਾਈਮ ਸਾਡੇ ਦੇਸ਼ ਦੇ ਆਈਪੀਸੀ ਦੇ ਵਿੱਚ ਇਹੋ ਜਿਹਾ ਕੋਈ ਵੀ ਕਲੌਜ਼ ਨਹੀਂ ਸੀ ਜੋ ਬਲਾਸਫੇਮੀ ਨੂੰ ਡਿਫਾਈਨ ਕਰਦਾ ਹੋਵੇ ਤੇ ਜਿਸ ਦੇ ਅਕੋਰਡਿੰਗ ਇਸ ਦੀ ਸਜ਼ਾ ਦਿੱਤੀ ਜਾਵੇ ਇਸੇ ਕਰਕੇ ਕੋਰਟ ਨੇ ਰਾਜਪਾਲ ਨੂੰ ਛੱਡ ਦਿੱਤਾ ਬਟ ਬਾਅਦ ਵਿੱਚ ਇਲਮੁਦੀਨ ਨਾਮ ਦੇ ਇੱਕ ਕੱਟੜ ਇਨਸਾਨ ਨੇ ਉਹਨਾਂ ਦਾ ਮਰਡਰ ਵੀ ਕਰ ਦਿੱਤਾ ਮੁਸਲਿਮ ਸਮਾਜ ਵੱਲੋਂ ਕੰਟੀਨਿਊ ਪ੍ਰੈਸ਼ਰ ਪੈਂਦਾ ਰਿਹਾ ਸਰਕਾਰ ਤੇ ਤੇ ਸਰਕਾਰ ਨੂੰ 295A ਇੰਟਰੋਡਿਊਸ ਕਰਨਾ ਪਿਆ ਆਈਪੀਸੀ ਦੇ ਵਿੱਚ ਇਸ ਦੀ ਆਪਾਂ ਡੈਫੀਨੇਸ਼ਨ ਜਿਹੜੀ ਬਲਾਸਫੇਮੀ ਲਾਅ ਦੀ ਆ ਆਲਰੇਡੀ ਦੇਖ ਹੀ ਲਈ ਆ ਹੁਣ ਗੱਲ ਕਰਦੇ ਆ ਕਿ 295A ਬਲਾਸਫੇਮੀ ਲਾਅ ਨੂੰ ਇੰਟਰੋਡਿਊਸ ਕਰਨ ਤੋਂ ਬਾਅਦ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੋਇਆ ਇਹ ਸਮਝਣ ਲਈ ਸਾਨੂੰ ਉਸ ਟਾਈਮ ਦੀ ਪੋਲਿਟਿਕਸ ਦੇਖਣੀ ਪਵੇਗੀ ਕਿ ਸਾਡੀ ਉਸ ਟਾਈਮ ਦੀ ਪੋਲਿਟਿਕਸ ਵਿੱਚ ਕੀ ਚੱਲ ਰਿਹਾ ਸੀ ਆਈ ਨੋ ਕਿ ਇਹ ਵੀਡੀਓ ਥੋੜੀ ਜਿਹੀ ਫੈਕਚੁਅਲ ਭਰੀ ਆ ਤੇ ਕੁਝ ਲੋਕਾਂ ਨੂੰ ਇਹ ਬੋਰਿੰਗ ਵੀ ਲੱਗ ਰਹੀ ਹੋਵੇਗੀ ਬਟ ਟਰਸਟ ਮੀ ਇਹ ਸਾਰੀ ਜਿਹੜੀ ਇਨਫੋਰਮੇਸ਼ਨ ਹੈਗੀ ਆ ਸਾਡੀ ਕਰੰਟ ਪੋਲਿਟਿਕਸ ਨੂੰ ਸਮਝਣ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ 1909 ਦੇ ਮੋਰਲੇਮੈਂਟੋ ਰਿਫਾਰਮ ਤੇ 1919 ਦੇ ਮੋਂਟੈਗਿਓ ਚੈਂਸਫੋਰਡ ਰਿਫਾਰਮ ਦੇ ਨਾਲ ਜਿੱਥੇ ਬ੍ਰਿਟਿਸ਼ਰਸ ਨੇ ਇੰਡੀਅਨਸ ਨੂੰ ਆਲਰੇਡੀ ਧਰਮ ਦੇ ਨਾਂ ਤੇ ਡਿਵਾਈਡ ਕਰ ਦਿੱਤਾ ਸੀ ਉੱਥੇ 295A ਇੱਕ ਹੋਰ ਹਥਿਆਰ ਬਣਿਆ ਲੋਕਾਂ ਨੂੰ ਹੋਰ ਡਿਵਾਈਡ ਕਰਨ ਦਾ ਐਂਡ ਉਹਨਾਂ ਲੋਕਾਂ ਨੂੰ ਟਾਰਗੇਟ ਕਰਦਾ ਜੋ ਬ੍ਰਿਟਿਸ਼ਰਸ ਦੇ ਅੱਗੇ ਆਪਣੀ ਆਵਾਜ਼ ਉਠਾਉਂਦੇ ਸੀ ਸੋ ਇੱਥੇ ਬ੍ਰਿਟਿਸ਼ਰ 295A ਨੂੰ ਐਜ਼ ਅ ਟੂਲ ਵਰਤਦੇ ਸੀ ਲੋਕਾਂ ਦੀ ਕ੍ਰਿਟੀਕਲ ਵੌਇਸ ਨੂੰ ਦੱਬਣ ਦੇ ਲਈ ਇਸ ਨੂੰ ਹੋਰ ਕਲੀਅਰ ਤਰੀਕੇ ਨਾਲ ਸਮਝਣ ਲਈ ਅਸੀਂ ਡਿਫਰੈਂਟ ਡਿਫਰੈਂਟ ਕੰਟਰੀਜ਼ ਦੀ ਐਗਜ਼ਾਮਪਲ ਲੈ ਕੇ ਵੀ ਅੱਗੇ ਵੀਡੀਓਜ਼ ਦੇ ਵਿੱਚ ਦੇਖਾਂਗੇ ਤੇ ਦੇਖਾਂਗੇ ਕਿ ਕਿਵੇਂ ਇਸ ਦਾ ਮਿਸਯੂਜ਼ ਕੀਤਾ ਜਾਂਦਾ ਸੀ ਸੋ ਹੁਣ ਤੱਕ ਅਸੀਂ ਦੇਖਿਆ ਕਿ 295A ਬਲਾਸਫੇਮੀ ਦਾ ਲਾਅ ਕੀ ਹੈ ਇਸ ਦਾ ਹਿਸਟੋਰੀਕਲ ਬੈਕਗ੍ਰਾਉਂਡ ਕੀ ਹੈ ਤੇ ਇਸ ਦਾ ਹਿਸਟਰੀ ਦੇ ਵਿੱਚ ਕਿਵੇਂ ਬ੍ਰਿਟਿਸ਼ਰਸ ਦੁਆਰਾ ਫਾਇਦਾ ਲਿਆ ਜਾਂਦਾ ਸੀ ਤੇ ਹੁਣ ਅਸੀਂ ਦੇਖਾਂਗੇ ਕਿ 295A ਦੇ ਕਰੰਟ ਟਾਈਮ ਦੇ ਵਿੱਚ ਕੀ ਫਾਇਦੇ ਤੇ ਕੀ ਨੁਕਸਾਨ ਹਨ ਜਿਵੇਂ ਕਿ ਸਾਨੂੰ ਪਤਾ ਕਿ ਸਾਡੀ ਕੰਟਰੀ ਦੇ ਵਿੱਚ ਕਿੰਨੇ ਡਿਫਰੈਂਟ ਡਿਫਰੈਂਟ ਰਿਲੀਜਨ ਨੇ ਐਂਡ ਇਹਨਾਂ ਸਾਰੇ ਰਿਲੀਜਨ ਦੀ ਆਪਣੀ ਆਪਣੀ ਆਈਡੀਓਲੋਜੀ ਵੀ ਹੈ ਸੋ ਇੱਥੇ ਕਾਫੀ ਹਾਈ ਚਾਂਸਿਸ ਹੋ ਜਾਂਦੇ ਆ ਆਪਣੇ ਰਿਲੀਜਨ ਨੂੰ ਸੁਪੀਰੀਅਰ ਦੱਸਣ ਦੇ ਜਿਸ ਕਰਕੇ ਕਮਿਊਨਲ ਵਾਇਲੈਂਸ ਹੋਣ ਦੇ ਚਾਂਸਿਸ ਵੀ ਵੱਧ ਜਾਂਦੇ ਆ ਸੋ ਇਹਨਾਂ ਸਾਰੇ ਕਮਿਊਨਲ ਵਾਇਲੈਂਸ ਨੂੰ ਰੋਕਣ ਦੇ ਲਈ 295A ਆਪਣਾ ਰੋਲ ਬਖੂਬੀ ਨਿਭਾਉਂਦਾ ਵੀ ਹੈ ਕਿਉਂਕਿ ਅਗਰ ਹੁਣ ਕੋਈ ਇਨਸਾਨ ਕਿਸੇ ਦੂਸਰੇ ਧਰਮ ਦੀ ਡਿਸਰਿਸਪੈਕਟ ਕਰਦਾ ਹੈ ਤਾਂ ਉਸਦੇ ਖਿਲਾਫ 295A ਦਾ ਪਰਚਾ ਵੀ ਦਰਜ ਹੋ ਸਕਦਾ ਹੈ ਇਸ ਦਾ ਸੈਕੰਡ ਬੈਨੀਫਿਟ ਹੁੰਦਾ ਸਟੇਬਲ ਗਵਰਨੈਂਸ ਵਿੱਚ ਅਗਰ ਕੋਈ ਸਟੇਟ ਲੀਗਲੀ ਪ੍ਰੋਟੈਕਟ ਕਰਦੀ ਹੈ ਕਿਸੇ ਧਰਮ ਨੂੰ ਤਾਂ ਉੱਥੇ ਕਮਿਊਨਲ ਵਾਇਲੈਂਸ ਦੇ ਚਾਂਸਿਸ ਘੱਟ ਜਾਂਦੇ ਆ ਜਿੱਦਾਂ ਕਿ ਆਪਾਂ ਪਹਿਲਾਂ ਵੀ ਦੇਖ ਲਿਆ ਕਿ ਕਮਿਊਨਲ ਵਾਇਲੈਂਸ ਹੋਣ ਦੇ ਚਾਂਸਿਸ ਘੱਟ ਜਾਂਦੇ ਨੇ ਐਜ਼ ਅ ਰਿਜ਼ਲਟ ਜਿਹੜਾ ਪੈਸਾ ਇਹਨਾਂ ਕਮਿਊਨਲ ਵਾਇਲੈਂਸ ਨੂੰ ਰੋਕਣ ਲੱਗਿਆ ਲੱਗਣਾ ਸੀ ਉਹੀ ਪੈਸਾ ਜਿਹੜਾ ਸਰਕਾਰ ਆ ਹੁਣ ਗਵਰਨੈਂਸ ਦੇ ਵਿੱਚ ਲਗਾ ਸਕਦੀ ਹੈ ਜਿਸ ਦੇ ਵਿੱਚ ਆਮ ਜਨਤਾ ਦਾ ਫਾਇਦਾ ਹੋ ਸਕਦਾ ਹੈ ਸੋ ਇੱਥੇ ਹੁਣ ਕੁਝ ਲੋਕ ਸੋਚ ਰਹੇ ਹੋਣੇ ਕਿ ਕਮਿਊਨਲ ਵਾਇਲੈਂਸ ਸਾਡੇ ਦੇਸ਼ ਵਿੱਚ ਅੱਜ ਵੀ ਹੁੰਦੇ ਆ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਗਾ ਕਿ ਯੈਸ ਬਿਲਕੁਲ ਤੁਸੀਂ ਠੀਕ ਹੋ ਕਮਿਊਨਲ ਵਾਇਲੈਂਸ ਸਾਡੇ ਦੇਸ਼ 'ਚ ਅੱਜ ਵੀ ਹੁੰਦੇ ਆ ਬਟ ਅਗਰ ਆਪਾਂ ਗ੍ਰਾਫ ਦੇ ਵਿੱਚ ਵੇਖੀਏ ਅਗਰ ਆਪਾਂ ਪੁਰਾਣਾ ਡੇਟਾ ਕੰਪੈਰੀਜ਼ਨ ਦੇ ਵਿੱਚ ਦੇਖੀਏ ਤਾਂ ਇਹ ਜਿਹੜੇ ਕਮਿਊਨਲ ਵਾਇਲੈਂਸ ਆ ਇਹ ਘੱਟ ਹੀ ਰਹੇ ਨੇ ਇਹ ਵੱਧ ਨਹੀਂ ਰਹੇ ਇਹ ਤਾਂ ਗੱਲ ਹੋ ਗਈ 295A ਬਲਾਸਫੇਮੀ ਲਾਅ ਦੇ ਕੀ ਫਾਇਦੇ ਨੇ ਹੁਣ ਅਸੀਂ ਦੇਖਦੇ ਹਾਂ ਕਿ ਇਸ ਲਾਅ ਦੇ ਕੀ ਨੁਕਸਾਨ ਹੁੰਦੇ ਨੇ 295A ਦੇ ਨੁਕਸਾਨ ਜਾਣਨ ਲਈ ਇਸ ਨੂੰ ਅਸੀਂ ਤਿੰਨ ਕੈਟਾਗਰੀਜ਼ ਦੇ ਵਿੱਚ ਦੇਖਾਂਗੇ ਸੋਸ਼ੋ ਪੋਲੀਟੀਕਲ ਬਿਲੀਫ ਸਿਸਟਮ ਤੇ ਸਾਇੰਟੀਫਿਕ ਰਿਸਰਚ ਜਿਵੇਂ ਕਿ ਅਸੀਂ ਹਿਸਟਰੀ ਵਿੱਚ ਦੇਖਿਆ ਕਿ ਕਿਵੇਂ 295A ਨੂੰ ਬ੍ਰਿਟਿਸ਼ਰਸ ਦੁਆਰਾ ਯੂਜ਼ ਕੀਤਾ ਜਾਂਦਾ ਸੀ ਆਪਣੇ ਪੋਲੀਟੀਕਲ ਫਾਇਦੇ ਦੇ ਲਈ ਤੇ ਅੱਜ ਦੇ ਟਾਈਮ ਦੇ ਵਿੱਚ ਵੀ ਇਹ ਲੋਕਾਂ ਦੁਆਰਾ ਆਪਣੀ ਰੰਜਿਸ਼ ਨੂੰ ਪੂਰਾ ਕਰਨ ਲਈ ਤੇ ਪੋਲੀਟੀਕਲ ਪਾਰਟੀਜ਼ ਦੁਆਰਾ ਆਪਣੇ ਫਾਇਦੇ ਲਈ ਯੂਜ਼ ਕੀਤਾ ਜਾਂਦਾ ਹੈ ਇਸ ਦੀ ਬੈਸਟ ਐਗਜ਼ਾਮਪਲ ਹੋ ਸਕਦੀ ਹੈ ਪਾਕਿਸਤਾਨ ਦਾ ਆਸੀਆ ਬੀਬੀ ਕੇਸ ਇਸ ਕੇਸ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਦ ਇੱਕ ਮਜ਼ਦੂਰ ਔਰਤ ਆਪਣੇ ਕੋ ਵਰਕਰਸ ਦੇ ਲਈ ਪਾਣੀ ਲੈ ਕੇ ਆਉਂਦੀ ਹੈ ਤੇ ਉਸਦੇ ਜਿਹੜੇ ਕੋ ਵਰਕਰਸ ਆ ਉਸਦੇ ਹੱਥ ਤੋਂ ਪਾਣੀ ਪੀਣ ਤੋਂ ਮਨਾ ਕਰ ਦਿੰਦੇ ਨੇ ਕਿਉਂ ਕਿਉਂਕਿ ਉਹ ਇੱਕ ਕ੍ਰਿਸਚਨ ਔਰਤ ਸੀ ਇਸੇ ਗੱਲ ਕਰਕੇ ਉਹਨਾਂ ਦੀ ਆਪਸ ਦੇ ਵਿੱਚ ਬਹਿਸ ਵੀ ਹੋ ਜਾਂਦੀ ਹੈ ਇਸ ਤੋਂ ਬਾਅਦ ਉਹ ਜਿਹੜੀਆਂ ਮੁਸਲਿਮ ਔਰਤਾਂ ਸੀ ਪੁਲਿਸ ਦੇ ਵਿੱਚ ਜਾ ਕੇ ਕੰਪਲੇਂਟ ਰਜਿਸਟਰ ਕਰਦੀਆਂ ਨੇ ਕਿ ਆਸੀਆ ਬੀਬੀ ਨੇ ਪ੍ਰੋਫੈਟ ਮੁਹੰਮਦ ਐਂਡ ਇਸਲਾਮ ਨੂੰ ਕਾਫੀ ਬੁਰਾ ਭਲਾ ਬੋਲਿਆ ਹੈ ਜਿਸ ਦੇ ਕਰਕੇ ਆਸੀਆ ਬੀਬੀ ਉੱਤੇ ਬਲਾਸਫੇਮੀ ਦੇ ਚਾਰਜਸ ਲਗਾਏ ਜਾਂਦੇ ਨੇ ਐਜ਼ ਅ ਰਿਜ਼ਲਟ ਪਾਕਿਸਤਾਨ ਦੀ ਕੋਰਟ ਆਸੀਆ ਬੀਬੀ ਨੂੰ ਮੌਤ ਦੀ ਸਜ਼ਾ ਦਿੰਦੀ ਹੈ 2011 ਵਿੱਚ ਪਾਕਿਸਤਾਨੀ ਪੰਜਾਬ ਦੇ ਗਵਰਨਰ ਸਲਮਾਨ ਤਸੀਰ ਐਂਡ ਸ਼ਹਿਬਾਜ਼ ਭੱਟੀ ਜਦ ਆਸੀਆ ਬੀਬੀ ਦੇ ਨਾਲ ਖੜੇ ਹੁੰਦੇ ਨੇ ਤੇ ਉਸਦੇ ਹੱਕ ਵਿੱਚ ਬੋਲਦੇ ਨੇ ਤੇ ਕੁਝ ਕੱਟੜ ਲੋਕਾਂ ਦੁਆਰਾ ਇਹਨਾਂ ਦੋਨਾਂ ਨੂੰ ਵੀ ਮਾਰ ਦਿੱਤਾ ਜਾਂਦਾ ਹੈ ਐਂਡ ਜਦ 2018 ਵਿੱਚ ਸੁਪਰੀਮ ਕੋਰਟ ਦੇ ਜੱਜ ਆਸੀਆ ਬੀਬੀ ਨੂੰ ਨਿਰਦੋਸ਼ ਕਰਾਰ ਕਰਕੇ ਉਸਨੂੰ ਰਿਹਾਅ ਕਰ ਦਿੰਦੇ ਨੇ ਤੇ ਸੁਪਰੀਮ ਕੋਰਟ ਦੇ ਜੱਜ ਇਹ ਵੀ ਕਹਿੰਦੇ ਨੇ ਕਿ ਹੁਣ ਮੈਂ ਵੀ ਸ਼ਾਇਦ ਇੱਕ ਸੌਫਟ ਟਾਰਗੇਟ ਹੋਵਾਂ ਇਹਨਾਂ ਕੱਟੜ ਲੋਕਾਂ ਵਾਸਤੇ ਤੇ ਸ਼ਾਇਦ ਮੈਨੂੰ ਵੀ ਇਹ ਕੱਟੜ ਲੋਕ ਮਾਰ ਸਕਦੇ ਨੇ ਸੋ ਇੱਥੋਂ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਲੋਕ ਆਪਸੀ ਰੰਜਿਸ਼ ਨੂੰ ਪੂਰਾ ਕਰਨ ਲਈ ਇਸ 295A ਵਰਗੇ ਲਾਅ ਦਾ ਕਿਵੇਂ ਗਲਤ ਯੂਜ਼ ਕਰਦੇ ਨੇ ਜਦ ਸੁਪਰੀਮ ਕੋਰਟ ਨੇ ਆਸੀਆ ਬੀਬੀ ਨੂੰ ਰਿਹਾਅ ਕੀਤਾ ਤੇ ਪਾਕਿਸਤਾਨ ਦੇ ਵਿੱਚ ਜਗ੍ਹਾ ਜਗ੍ਹਾ ਇਸ ਦੇ ਖਿਲਾਫ ਇਸ ਜਜਮੈਂਟ ਦੇ ਖਿਲਾਫ ਪ੍ਰੋਟੈਸਟ ਹੋਏ ਤੇ ਕਈ ਜਿਹੜੇ ਕੱਟੜ ਵਿਚਾਰਧਾਰਾ ਰੱਖਣ ਵਾਲੇ ਪੋਲੀਟੀਕਲ ਪਾਰਟੀ ਸੀ ਉਹਨਾਂ ਲਈ ਇੱਕ ਮੌਕਾ ਸੀ ਤੋਹੀਨ ਰਿਸਾਲਤ ਕੀ ਮੁਰਤ ਕੇ ਆਸੀਆ ਕੋ ਬਰੀ ਕਰ ਦਿਆ ਗਿਆ ਥਾ ਔਰ ਉਸਕੇ ਖਿਲਾਫ ਅਵਾਮੀ ਅਦਾਲਤ ਨੇ ਫੈਸਲਾ ਦਿਆ ਪਾਕਿਸਤਾਨ ਕੀ ਅਵਾਮੀ ਅਦਾਲਤ ਨੇ ਸੁਪਰੀਮ ਕੋਰਟ ਕੇ ਫੈਸਲੇ ਕੋ ਮੁਸਤਰਦ ਕਰ ਦਿਆ ਹੈ ਇਹਨਾਂ ਕੱਟੜ ਸੋਚ ਰੱਖਣ ਵਾਲੇ ਪਾਰਟੀਜ਼ ਨੇ ਸਰਕਾਰ ਅੱਗੇ ਮੰਗ ਕੀਤੀ ਕਿ ਆਸੀਆ ਬੀਬੀ ਨੂੰ ਪਬਲਿਕਲੀ ਐਗਜ਼ੀਕਿਊਟ ਕੀਤਾ ਜਾਵੇ ਮਤਲਬ ਕਿ ਪਬਲਿਕਲੀ ਉਸਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਅਤੇ ਲੋਕਾਂ ਦੀ ਡਿਮਾਂਡ ਨੂੰ ਮੰਨਿਆ ਜਾਵੇ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਕਿਵੇਂ ਪੋਲੀਟੀਕਲ ਪਾਰਟੀ ਸਿਰਫ ਆਪਣੇ ਫਾਇਦੇ
ਤੇ ਲੋਕਾਂ ਦੁਆਰਾ ਆਪਣੀਆਂ ਰੰਜਿਸ਼ਾਂ ਨੂੰ ਪੂਰਾ ਕਰਨ ਲਈ। ਵੈਸੇ ਇੱਕ ਗੱਲ ਤੇ ਮੰਨਣੀ ਪਏਗੀ ਕਿ ਸਾਡੇ ਦੇਸ਼ ਦੇ ਵਿੱਚ ਵਹਿਮ ਭਰਮ ਟੋਣੇ ਟੋਟਕੇ ਤੇ ਬਾਬੇ ਇਹ ਬਹੁਤ ਹੀ ਜ਼ਿਆਦਾ ਨੰਬਰ ਦੇ ਵਿੱਚ ਐਗਜ਼ਿਸਟ ਕਰਦੇ ਨੇ। ਹੁਣ ਮੰਨ ਲਓ ਕੱਲ ਨੂੰ ਕੋਈ ਇਨਸਾਨ ਆਪਣਾ ਹੀ ਧਰਮ ਬਣਾ ਲਏ ਐਂਡ ਉਸ ਧਰਮ ਦੇ ਵਿੱਚ ਕੀਤੀਆਂ ਜਾਣ ਵਾਲੀਆਂ ਰਿਲੀਜੀਅਸ ਪ੍ਰੈਕਟਿਸ ਬਹੁਤ ਹੀ ਜ਼ਿਆਦਾ ਇਨਹਿਊਮੇਨ ਹੋਣ, ਕਿਉਂਕਿ ਅਗਰ ਕੋਈ ਇਨਸਾਨ ਇਹੋ ਜਿਹੇ ਸੁਪਰਸਟੀਸ਼ਨ ਜਾਂ ਰਿਲੀਜੀਅਸ ਬਿਲੀਫ ਵਾਸਤੇ ਆਪਣੀ ਆਵਾਜ਼ ਉਠਾਏਗਾ ਤੇ ਜਿਹੜਾ ਉਹ ਬੰਦਾ ਹੈ ਜਿਸਨੇ ਇਸ ਧਰਮ ਨੂੰ ਬਣਾਇਆ ਉਹ ਵੀ ਕਹਿ ਸਕਦਾ ਕਿ ਤੁਸੀਂ ਮੇਰੀਆਂ ਰਿਲੀਜੀਅਸ ਬਿਲੀਫ ਨੂੰ ਹਰਟ ਕਰ ਰਹੇ ਹੋ, ਤੇ ਉਹ ਇਨਸਾਨ ਵੀ 295 ਇਹਨੂੰ ਐਜ਼ ਅ ਟੂਲ ਵਰਤ ਸਕਦਾ ਉਹਨਾਂ ਲੋਕਾਂ ਖਿਲਾਫ ਜੋ ਉਸਦੇ ਧਰਮ ਦੇ ਜਿਹੜੇ ਸੁਪਰਸਟੀਸ਼ਨਸ ਨੇ ਉਹਨਾਂ ਦੇ ਖਿਲਾਫ ਆਵਾਜ਼ ਉਠਾ ਰਹੇ ਨੇ। ਸੋ ਕਿਤੇ ਨਾ ਕਿਤੇ ਅਸੀਂ ਇਸ ਦੇ ਨਾਲ ਜਿਹੜੀਆਂ ਸੁਪਰਸਟੀਸ਼ਨਸ ਨੂੰ ਨਹੀਂ ਰੋਕ ਸਕਦੇ ਤੇ ਇਸ ਦੇ ਨਾਲ ਕਿਤੇ ਨਾ ਕਿਤੇ ਸਾਡੀ ਫਰੀਡਮ ਆਫ ਸਪੀਚ ਵੀ ਕਰਟੇਲ ਹੁੰਦੀ ਹੈ। इस पॉइंट को समझाने लिए मैं एक काफ़ी फेमस साइंटिस्ट गैलीलियो गैलीली की एग्जाम्पल देवांगा। आज के टाइम के सू सारों पता है कि जी धरती है तो बाकी प्लैनेट्स वो सूरज के आले दुआले घूमते हैं, इससे सानू को सारे साइंटिफिक रिकॉर्ड्स से डेटा भी मौजूद ने। बट जब आही गल की रिसर्च एंड निकोलस कोपरनिकस के व्यू नू गैलीलियो ने सपोर्ट किया तो चर्च द्वारा गैलीलियो नू उम्र कैद की सज़ा दी जाती है, क्योंकि चर्च का मनना सी कि धरती सूरज के आले दुआले नहीं बल्कि सूरज तो बाकी होर जिन्हें भी प्लैनेट आ वह धरती के आले दुआले घूमते हैं, जो कि सानू पता है कि अज के टाइम कि बेबुनियादी गल है। बट यह शायद उस टाइम के बेबुनियादी गल नहीं, क्योंकि उस टाइम लोगों को सच ही नहीं पता सी कि जी धरती से होर प्लैनेट आ वह सूरज के आले दुआले घूमते हैं। अज की साइंटिफिक रिसर्च तो सानू यह भी दसती है कि सूरज भी एक थान से स्थिर नहीं आ, भी अपनी गैलेक्सी के आले दुआले घूमता है। सो आप इतों सीख सकते हैं कि उस टाइम के साइंटिफिक बिलीफ सिस्टम को किदा देखा जाता है तो अज के टाइम के देखा जाता है। सो इस केस तो असं देख सकते हैं कि जो भी एक धर्म कहता सी लोग उसनू ही मानते सी, चाहे वह किन्नी भी गल साइंटिफिकली बेबुनियादी क्यों ना हो, लोग उही मानते सी जो धर्म कहता सी। हुण मान लो अगर अज के टाइम कोई साइंटिफिक रिसर्च होंगी आ जो ह्यूमन की एग्जिस्टेंस नू या किसी रिलीजियस टेक्स्ट कही गल नू चैलेंज करती है, तो कि अज साडा समाज जिहड़ा गा इन्ना ओपन माइंडेड है कि उसनू एक्सैप्ट कर लेगा? शायद नहीं। क्यों? क्योंकि अज भी असी धर्म नू साइंटिफिक रिसर्च तो उपर रखते हैं, जिस करके साइंस की रिसर्च नू कितना ना कितने डिस्करेजमेंट भी मिलती है, क्योंकि अज भी धर्म एक सेंसिटिव मुद्दा है एंड अज भी लोग धर्म नू साइंस तो उपर रखते हैं। एंड अगर अज के टाइम के भी कोई इंसान किसी साइंटिफिक रिसर्च के बेस से किसी रिलीजियस टेक्स्ट नू चैलेंज करता है तो उसके खिलाफ 295 का परचा दर्ज हो सकता है। सो इतने कितने ना कितने साइंटिफिक रिसर्च नू डिस्करेजमेंट मिलती है। सो हुण तक असीं देखिया कि 295A ब्लास्फेमी दे जिहड़े लॉ ने उसके की फायदे ने ते की नुकसान ने, हुण असीं देखदे हां कि इसदे वे फॉरवर्ड की हो सकते ने। इसका सब तो पहला तो सब तो इंपोर्टेंट वे फॉरवर्ड हो सकता है कि सानू एज अ समाज मच्योर होना पवेगा। जिवें असीं अपने धर्म की रिस्पैक्ट करते हैं उदा ही सानू दूसरे के धर्म की रिस्पैक्ट भी करनी चाहिए है। बेशक किसी भी धर्म की किन्नी डिफरेंट आइडियोलॉजी क्यों ना हो, हर धर्म रिस्पैक्ट डिजर्व करता है। सानू सारयां नू दूसरे के धर्म के खिलाफ बोलने तो परहेज करना चाहिए है। बट अगर कोई रिलीजियस प्रैक्टिस एहोजी होंगी है जो इनह्यूमेन है तो सानू उसके खिलाफ आवाज़ भी उठानी चाहिए है। फिलहाल तो 295A की सज़ा 3 साल है, बट अगर इदा ही ब्लास्फेमी के जो केसिस रेगुलर आते रहे तो सरकार कोई नवा कानून लिया के ब्लास्फेमी की जी सज़ा वा होर भी सख्त कर सकती है। इसके लिए सानू होर कितने जाने की लड़ नहीं है, इसकी एग्जाम्पल असं पंजाब तो ही देख सकते हैं। जब गुरु ग्रंथ साहब जी की बेदबी हुई तो सारे सिख समाज में इसका बहुत ही बुरा लगा तो असं सारे ने इसका विरोध भी किया। एज ए रिजल्ट रणजीत सिंह कमीशन दी रिकमेंडेशन भी कहा गया कि जड़ा भी इंसान ब्लास्फेमी करता है उसनू उम्र कैद की सज़ा होनी चाहिए है। कहा जाता है कि जब सरकार बेसिक चीज़ा लाइक स्कूल हॉस्पिटल नहीं दे सकती तो वह अपने लोगों को एक चीज़ जरूर देती है, वो है धर्म। 2018 सरकार ने एक बिल भी पास किया जिस विच कहा गया कि अगर कोई इंसान श्री गुरु ग्रंथ साहब बाइबल कुरान ते भगवत गीता की बेदबी करता है तो उस इंसान नू उम्र कैद की सज़ा दी जाएगी। ये बिल फिलहाल साड़ी सेंट्रल गवर्नमेंट ने पास नहीं किया, बट अगर ये बिल पास होंदा है तो सानू एक गल तो पता है कि इसका इस्तेमाल साड़ियां सरकारां अपने फायदे लिए जरूर करनगियां, ते जो भी इंसान साड़े समाज के सरकार के खिलाफ एक क्रिटिकल वॉइस रखेगा उसके खिलाफ एहोजे कानून यूज किए जा सकते हैं। जिवें कि असीं देख सकते हैं कि किवें 124A जिहड़ा कि देश द्रोह का कानून आ उस साड़ियां सरकारां किवें मीडिया के खिलाफ यूज करदियां ने तां जो जिहड़ियां क्रिटिकल वॉइसिस ने साडे समाज दे विच उहनां नूं दबाया जा सके। सुप्रीम कोर्ट ने भी सेंट्रल गवर्नमेंट नूं 124A दे कानून ते दोबारा विचार करन बारे कहा है, क्योंकि सुप्रीम कोर्ट ने भी कहा है कि इस कानून का ब्लेटेंटली यूज किया जाता है साडे प्रशासन द्वारा साडे पुलिस द्वारा, एंड अगर कोई इंसान कन्विक्ट नहीं हो पाता इस कानून के अकॉर्डिंग तो इस दे नाल किसी भी प्रशासन की या किसी पुलिसकर्मी की अकाउंटेबिलिटी नहीं ठहराई जा सकती। एज ए रिजल्ट जिहड़ा साडा प्रशासन है इसनू ब्लेटेंटली यूज करता रहिंदा है। इसी करके सुप्रीम कोर्ट ने सेंट्रल गवर्नमेंट नू कहा है कि इस कानून ते दोबारा विचार करना चाहिए है ते सानू इस कानून नू स्क्रैप कर देना चाहिए है।
उम्मीद है तुम सारा यह वीडियो देखने तो बाद 295 ए जो ब्लास्फेमी का लॉ इसके फायदे तो नुकसान का पता लग गया होगा। तो मेरी सारे अगे एक ही रिक्वेस्ट रहेगी कि दूसरे धर्म के खिलाफ बोलने तो पहला सू 100 बार सोचना चाहिए है तो सू सारे धर्मों की रिस्पैक्ट करनी चाहिए है। सो उम्मीद है तुम आडियो पसंद आएगी, अगर पसंद आती है तो लाइक कमेंट शेयर कर सकते हो तो मैं इदा मोटिवेशन मिलती रहेगी। सो आप जी मिलते अगली वीडियो के धन्यवाद।